ਸਾਡੂ ਉੱਤੋਂ ਪ੍ਰਸ਼ਾਸਨ ਵੱਲੋਂ ਵੀ ਡਰਾਇਆ ਧਮਕਾਇਆ ਗਿਆ ਕਿ ਤੁਸੀਂ ਗਲਤ ਹੋ। ਜੋ ਮੈਡਮ ਨਰਿੰਦਰ ਕੌਰ ਇਹ ਦਸਤਾਰ ਉਹਨਾਂ ਦੇ ਜੋ ਉੱਥੋਂ ਦੇ ਵੂਮੈਨ ਸੈੱਲ ਦੇ ਇੰਚਾਰਜ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ ਕੁੜੀ ਗਲਤ ਵੀ ਹੈ ਤਾਂ ਵੀ ਅਸੀਂ ਇਹਦੀ ਸਪੋਰਟ 'ਚ ਹਾਂ। ਔਰ ਸਾਨੂੰ ਕਰ ਸਕਦੇ ਕਿਹਨਾਂ ਨੇ ਸਾਡੇ ਨਾਲ ਉਹ ਦੁਰਵਿਵਹਾਰ ਕੀਤਾ ਬੂਹਾ ਬੰਦ ਕਰਕੇ ਦੋਵੇਂ ਇਹਦੀਆਂ ਭੈਣਾਂ ਇਹਦਾ ਫਾਦਰ ਇਹਦੀ ਮਦਰ ਕਿਰਪਾਨ ਇਹਨੇ ਪਾਈ ਹੋਈ ਸੀ ਪਿਸਤੌਲ ਰਿਵਾਲਵਰ ਦੇ ਕੋਲ ਸੀ ਸਾਡੇ ਨਾਲ ਉਹ ਇਹਨੇ ਦੁਰਵਿਵਹਾਰ ਕੀਤਾ ਸਾਨੂੰ ਮਾਰ ਪਿੱਟ ਕੀਤੀ ਔਰ ਘਰੋਂ ਆਉਣ ਤੋਂ ਵੀ ਸਾਨੂੰ ਬਾਹਰ ਨਿਕਲਣ ਤੋਂ ਮਨਾ ਕਰ ਦਰਵਾਜ਼ੇ ਬੰਦ ਕਰ ਦਿੱਤੇ। ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਸ਼ੇਖ ਵਿਖੇ ਇੱਕ ਪਤੀ ਵੱਲੋਂ ਆਪਣੀ ਪਤਨੀ ਉੱਪਰ ਆਪਣੇ ਮਾਪਿਆਂ ਨਾਲ ਝਗੜਾ ਕਰਨ ਦੇ ਦੋਸ਼ ਲਗਾਏ ਹਨ। ਦਰਅਸਲ ਫੌਜੀ ਰਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦਾ ਵਿਆਹ 2014 ਵਿੱਚ ਹੋਇਆ ਸੀ। ਉਦੋਂ ਤੋਂ ਹੀ ਉਸਦੀ ਪਤਨੀ ਕੁਲਵਿੰਦਰ ਕੌਰ ਉਸਦੇ ਨਾਲ ਅਤੇ ਉਸਦੇ ਪਰਿਵਾਰ ਨਾਲ ਲੜਾਈ ਝਗੜਾ ਰੱਖਦੀ ਆ ਰਹੀ ਹੈ ਅਤੇ ਹੁਣ ਉਹ ਛੁੱਟੀ ਲੈ ਕੇ ਆਪਣੇ ਪਿੰਡ ਆਇਆ ਹੋਇਆ ਸੀ ਤਾਂ ਪਤਨੀ ਨੇ ਉਸਦੇ ਨਾਲ ਲੜਾਈ ਕਰਕੇ ਆਪਣੇ ਪੇਕੇ ਤੋਂ ਮਾਤਾ ਪਿਤਾ ਨੂੰ ਬੁਲਾ ਲਿਆ ਅਤੇ ਉਹਨਾਂ ਨੇ ਉਸਦੇ ਘਰ ਆ ਕੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਕਿਨਾ ਵੀਰ ਜੀ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ? ਪਿੰਡ ਨਾਂ ਜੀ ਰਵਿੰਦਰ ਸਿੰਘ, ਪਿੰਡ ਸ਼ੇਖ, ਜ਼ਿਲ੍ਹਾ ਤਰਨ ਤਾਰਨ, ਤਹਿਸੀਲ ਤਰਨ ਤਾਰਨ। ਕੀ ਗੱਲ ਹੋਈ ਜਿਹਦਾ ਕਰਕੇ ਅੱਜ ਸਾਰੇ ਇਕੱਠੇ ਹੋਏ ਜੀ? ਅੱਜ ਇਹ ਮੇਰਾ ਵਿਆਹ ਆਇਆ ਸੀ 7 ਸਾਲ ਪਹਿਲਾਂ 2014 ਦੇ ਵਿੱਚ। ਉਦੋਂ ਤੋਂ ਸਹੁਰੇ ਪਰਿਵਾਰ ਨਾਲ ਸਾਡਾ ਜਿਹੜਾ ਕਿ ਲੜਾਈ ਝਗੜਾ ਚੱਲਦਾ ਰਿਹਾ। ਮੈਂ ਇੰਡੀਅਨ ਆਰਮੀ ਦੇ ਵਿੱਚ ਡਿਊਟੀ ਕਰਦਾ ਅਤੇ ਇਹਨਾਂ ਨੇ ਸਾਡੇ 'ਤੇ ਸ਼ੁਰੂ ਤੋਂ ਦਬਦਬਾ ਜਿਹੜਾ ਬਣਾਈ ਰੱਖਿਆ ਕਿਉਂਕਿ ਅਸੀਂ ਫੌਜ ਦੇ ਵਿੱਚ ਹੋਣ ਦੇ ਬਾਵਜੂਦ ਕੁਝ ਬੋਲ ਨਹੀਂ ਸਕਦੇ। ਇਹ ਕਰਕੇ ਇਹਨਾਂ ਨੇ ਸਾਡੇ 'ਤੇ ਸ਼ੁਰੂ ਤੋਂ ਹੀ ਜਿਹੜਾ ਕਿ ਦਬਦਬਾ ਬਣਾ ਕੇ ਰੱਖਿਆ ਅਤੇ ਸਾਨੂੰ ਜੋ ਇਹਨਾਂ ਮਹਿਲਾ ਮੰਡਲ ਜਾਂ ਕੋਈ ਵੀ ਫੈਸਲਾ ਦਿੰਦਾ ਉਸ ਚੀਜ਼ 'ਤੇ ਖਰੇ ਨਹੀਂ ਉਤਰਦੇ। ਅਤੇ ਜੋ ਕਿ ਅੱਜ ਹੁਣ ਅਸੀਂ ਅੱਜ 15 ਦਿਨ ਹੋ ਗਏ ਆ ਇਹ ਬੱਚਿਆਂ ਨੂੰ ਲੈ ਕੇ ਅਤੇ ਆਪਣੇ ਪੇਕੇ ਵਿੱਚ। ਇਹ ਜਿਹੜਾ ਝਗੜਾ ਸਾਡੇ ਘਰਦਿਆਂ ਨਾਲ ਕੁੜੀ ਕਰਦੀ ਆ, ਮਾਂ ਪਿਓ ਵੀ ਕੁੜੀ ਦਾ ਜਿਹੜਾ ਆਣ ਕੇ ਇਹਨਾਂ ਨਾਲ ਜ਼ੋਰ ਜ਼ਬਰਦਸਤੀ ਕਰਕੇ ਉਹਨੂੰ ਕੋਈ ਨਾ ਕੋਈ ਬਹਾਨਾ ਲੱਭ ਕੇ ਬਣਾ ਕੇ ਜੋ ਇੱਥੋਂ ਲੈ ਜਾਂਦੇ ਆ। ਮੁੰਡਾ ਸਾਡਾ 2015 ਨਵੰਬਰ ਮਹੀਨੇ ਵਿੱਚ ਹੁੰਦਾ ਰਮਾਨਦੀਪ ਸਿੰਘ, ਅਤੇ ਉਦੋਂ 1.25 ਮਹੀਨੇ ਦਾ ਹੁੰਦਾ ਅਤੇ ਇਹਨੂੰ ਛੱਡ ਕੇ ਅਤੇ ਮਾਂ ਕੁੜੀ ਨੂੰ ਲੈ ਕੇ ਚਲੇ ਜਾਂਦੀ ਆ। ਇਹ ਮੁੰਡਾ ਮੇਰੀ ਮਾਂ ਨੇ ਪਾਲਿਆ, ਹੁਣ ਇਹ 6 ਸਾਲਾਂ ਦਾ ਹੋ ਚੁੱਕਿਆ ਅਤੇ ਇਹ ਇੱਥੇ ਹੀ ਰਹਿੰਦਾ ਆਪਣੇ ਕੋਲ ਹੀ ਪਰਿਵਾਰ ਦੇ ਵਿੱਚ, ਨਾ ਕਿ ਇਹ ਉਹਨਾਂ ਦੇ ਕੋਲ ਜਾਂਦਾ ਨਹੀਂ। ਅਤੇ ਜਿਹੜੇ ਬੱਚੇ ਮੁੰਡੇ ਨੂੰ ਜੇ ਇੱਥੇ ਰਹਿੰਦੀ ਵੀ ਆ 1 ਮਹੀਨਾ 10 ਦਿਨ ਅਤੇ ਮੁੰਡੇ ਨੂੰ ਬਿਲਕੁਲ ਚੰਗਾ ਨਹੀਂ ਸਮਝਦੀ, ਕੁੜਦੀ ਮਾਰਦੀ, ਕੁੜੀ ਨੂੰ ਵੀ ਕੁੜਦੀ ਮਾਰਦੀ ਆ। ਇਹ ਕਰਕੇ ਜਿਹੜਾ ਕਿ ਬਹੁਤ ਹੀ ਮੁਸ਼ਕਿਲ ਆ ਰਹੀ ਸਾਨੂੰ। ਅਸੀਂ ਇਸ ਦੀ ਜੋ ਰਿਪੋਰਟ ਆ ਪਿੰਡ ਦੀ ਪੰਚਾਇਤ ਦੇ ਵਿੱਚ ਪਹਿਲਾਂ ਕਿਹੜਾ ਫੈਸਲਾ ਹੋਇਆ ਅੱਜ ਤੱਕ ਜੀ? ਪਿੰਡ ਦੀ ਪੰਚਾਇਤ ਨੇ ਜੀ ਸਾਡਾ ਤਕਰੀਬਨ ਬਹੁਤ ਹੀ ਵਾਰ ਫੈਸਲਾ ਹੋ ਚੁੱਕਿਆ ਹੈ, ਜਿਸ ਦੇ ਵਿੱਚ ਗੁਰਸੇਵਕ ਸਿੰਘ ਚੇਅਰਮੈਨ, ਪਿੰਡ ਸ਼ੇਖ ਦੇ ਜੋ ਮੁਖੀ ਸਨ ਉਸ ਟਾਈਮ ਦੇ ਚੇਅਰਮੈਨ ਸੀ, ਉਹਨਾਂ ਨੇ 2 ਵਾਰ ਫੈਸਲਾ ਕਰਵਾਇਆ। ਬਾਕੀ ਸਾਡਾ ਸਤਨਾਮ ਸਿੰਘ ਸਰਪੰਚ ਸਾਬਕਾ, ਉਹਨਾਂ ਨੇ 2-3 ਵਾਰ ਫੈਸਲਾ ਕਰਵਾਇਆ। ਮਹਿਲਾ ਮੰਡਲ ਪੱਟੀ ਨੇ 6/6/16 ਨੂੰ ਫੈਸਲਾ ਕਰਵਾਇਆ ਸਾਡਾ। ਉਸ ਤੋਂ ਬਾਅਦ ਹੋਰ ਜਿਹੜੇ ਅਨੇਕਾਂ ਹੀ ਫੈਸਲੇ ਹੋਏ ਪੰਚਾਇਤ ਦੇ ਵਿੱਚ ਜਾਂ ਪਰਿਵਾਰਕ ਤੌਰ 'ਤੇ ਉਹ ਬਹੁਤ ਸਾਰੇ ਹਨ। ਇਸ ਸੰਬੰਧੀ ਤੁਸੀਂ ਲਿਖਤੀ ਕੋਈ ਦਰਖਾਸਤ ਦਿੱਤੀ ਆ ਪੁਲਿਸ ਨੂੰ ਜੀ? ਲਿਖਤੀ ਦਰਖਾਸਤ ਦੀ ਅਸੀਂ ਜਦੋਂ ਜਦੋਂ ਲੜਾਈ ਹੋਈ ਜਾਂ ਕੋਈ ਝਗੜਾ ਹੋਇਆ ਜਦੋਂ ਇਹ ਗਈ ਆ ਉਦੋਂ ਅਸੀਂ ਦਿੰਦੇ ਰਹੇ ਹਾਂ। ਇਸ ਤੋਂ ਇਲਾਵਾ ਅਸੀਂ ਹੁਣ ਮਹਿਲਾ ਮੰਡਲ ਨੂੰ ਜੋ ਹੈ ਰਿਪੋਰਟ ਦਿੱਤੀ, ਮਹਿਲਾ ਮੰਡਲ ਨੂੰ ਰਿਪੋਰਟ ਦਿੱਤੀ, ਮਹਿਲਾ ਮੰਡਲ ਵਾਲਿਆਂ ਨੇ ਇਹ ਦਿੱਤੀ ਰਿਪੋਰਟ ਅਸੀਂ 31 ਤਰੀਕ ਨੂੰ। 31 ਤਰੀਕ ਨੂੰ ਰਿਪੋਰਟ ਦੇਣ ਤੋਂ ਬਾਅਦ ਤੁਸੀਂ ਪੁਲਿਸ ਨੂੰ ਕੋਈ ਲਿਖਤੀ ਦਰਖਾਸਤ ਦਿੱਤੀ ਅੱਜ ਤੱਕ ਜੀ? ਹਾਂਜੀ, ਲਿਖਤੀ ਦਰਖਾਸਤ ਅਸੀਂ ਚੌਂਕੀ ਮਾਣੂ ਚੜ੍ਹ ਵੀ ਦਿੱਤੀ ਹੈ ਅਤੇ ਉੱਥੋਂ ਦੇ ਮੁਨਸ਼ੀ ਸਾਹਿਬਾਨ ਨੇ ਫੋਨ ਕੀਤਾ ਭਗਵਾਨਪੁਰੇ ਇਹਨਾਂ ਨੂੰ ਕਿ ਆਪ ਜੀ ਦਾ ਇਹ ਗੱਲ ਇੱਥੇ ਆਓ, ਆਪਾਂ ਵਿਚਾਰ ਕਰਨੀ ਹੈ, ਮਤਲਬ ਤੁਹਾਡਾ ਫੈਸਲਾ ਕਰਾਈਏ। ਉਹਨਾਂ ਨੇ ਬਿਲਕੁਲ ਇਨਕਾਰ ਕਰਦੇ ਹੋਇਆ ਕਿਹਾ ਕਿ ਅਸੀਂ ਨਹੀਂ ਆ ਸਕਦੇ। ਉਸ ਤੋਂ ਬਾਅਦ ਜੀ ਅਸੀਂ ਮਹਿਲਾ ਮੰਡਲ 31 ਤਰੀਕ ਨੂੰ 8ਵੇਂ ਮਹੀਨੇ ਨੂੰ ਰਿਪੋਰਟ ਜੋ ਪੇਸ਼ ਕੀਤਾ ਜਾ ਕੇ ਹੋਏ ਵੀ ਸਾਡੇ ਨਾਲ ਇਹ ਹੋ ਰਿਹਾ, SSP ਸਭ ਤੋਂ ਮਾਰਕ ਕਰਵਾਈ ਚਿੱਠੀ, ਉਸ ਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ। ਸਾਨੂੰ ਉੱਤੋਂ ਪ੍ਰਸ਼ਾਸਨ ਵੱਲੋਂ ਵੀ ਡਰਾਇਆ ਧਮਕਾਇਆ ਗਿਆ ਕਿ ਤੁਸੀਂ ਗਲਤ ਹੋ। ਜੋ ਮੈਡਮ ਨਰਿੰਦਰ ਕੌਰ 3 ਸਟਾਰ ਉਹਨਾਂ ਦੇ ਜੋ ਉੱਥੋਂ ਦੇ ਵੂਮੈਨ ਸੈੱਲ ਦੇ ਇੰਚਾਰਜ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ ਕੁੜੀ ਗਲਤ ਵੀ ਹੈ ਤਾਂ ਵੀ ਅਸੀਂ ਇਹਦੀ ਸਪੋਰਟ 'ਚ ਹਾਂ। ਸੋ ਸਾਡੇ ਜੋ ਅਸੀਂ ਆਰਮੀ ਪਰਸਨਲ ਜਾਂ ਹੋਰ ਵੀ ਆ ਕਿ ਸਾਡੇ ਲਈ ਕੋਈ ਕਾਨੂੰਨ ਨਹੀਂ ਬਣਿਆ, ਸਾਰੇ ਕਾਨੂੰਨ ਜੋ ਵੂਮੈਨ ਵਾਸਤੇ ਚਾਹੇ ਉਹ ਗਲਤ ਵੀ ਹੋਵੇ ਉਸਦੇ ਵਾਸਤੇ ਹੀ ਸਾਰੇ ਕੁਝ ਬਣੇ ਹਨ। ਸੋ ਇਸ ਚੀਜ਼ ਦੇ ਇਸ ਸੰਬੰਧੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ? ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਜੀ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ,
ਇਹ ਬੱਚਿਆਂ ਨੂੰ ਬੱਚਿਆਂ ਦਾ ਹੱਕ ਮਿਲਣਾ ਚਾਹੀਦਾ ਹੈ ਕਿਉਂਕਿ ਇਸ ਟਾਈਮ ਸਾਡੀ ਜੋ ਲੜਕੀ ਉਸਦੇ ਪਾਸ ਹੈ ਉਹ ਵੀ ਬਿਲਕੁਲ ਸੁਰੱਖਿਅਤ ਨਹੀਂ ਉਸ ਨਾਲ ਕਦੇ ਵੀ ਕੁਛ ਵੀ ਹੋ ਸਕਦਾ ਹੈ ਉਸਦਾ ਜ਼ਿੰਮੇਵਾਰ ਕੌਣ ਹੈ ਸਾਨੂੰ ਇਸ ਚੀਜ਼ ਦਾ ਪ੍ਰਸ਼ਾਸਨ ਦੱਸੇ ਨਾ ਆਉਣ ਦਾ ਕਾਰਨ ਵੀ ਆਪ ਜੀ ਨੂੰ ਦੱਸ ਦਈਏ ਕਿ ਉਹ ਪਿੰਡ ਭਗਵਾਨਪੁਰੇ ਦੇ ਇੱਕ ਨਾਢਾ ਨਾਂ ਦਾ ਲੜਕਾ ਜਿਸਦੇ ਪਿਤਾ ਦਾ ਨਾਂ ਗੁਰਮੀਤ ਸਿੰਘ ਹੈ ਜੋ ਕਿ ਇਹਨਾਂ ਦੇ ਕੁਲਵਿੰਦਰ ਕੌਰ ਸਨ ਆਫ ਹੰਸਾ ਸਿੰਘ ਅਤੇ ਭਰਾ ਗੁਰਜੰਟ ਸਿੰਘ ਗੁਰਭੇਜ ਸਿੰਘ ਇਹਨਾਂ ਦੇ ਘਰ ਦੇ ਪਿਛਲੇ ਬੰਨੇ ਹੀ ਲੜਕੇ ਪਰਿਵਾਰ ਜਿਹਦੇ ਨਾਲ ਨਜਾਇਜ਼ ਸੰਬੰਧ ਹੈ ਉਹਨਾਂ ਦੇ ਘਰ ਦੇ ਨਾਲ ਕੋਈ ਇਹਨਾਂ ਦਾ ਰਿਲੇਸ਼ਨ ਹੈ ਕਾਫੀ ਸਮੇਂ ਤੋਂ ਜੋ ਕਿ ਉਹ ਮੁੰਡਾ ਵੀ ਇਹਨੂੰ ਇੱਥੇ ਰਹਿਣ ਨਹੀਂ ਦੇ ਰਿਹਾ ਅਤੇ ਇੱਕ ਮਾਂ ਨਹੀਂ ਰਹਿਣ ਦੇ ਰਹੀ ਬਾਕੀ ਇਹ ਸਾਨੂੰ 2016 ਤੋਂ ਲੈ ਕੇ 2020 ਆ ਚੁੱਕਿਆ ਹੈ ਅਜੇ ਤੱਕ ਬਲੈਕਮੇਲ ਕਰਦੇ ਆ ਰਹੇ ਹਨ ਕੋਈ ਫੋਟੋਆਂ ਇਹਨਾਂ ਕੋਲ ਸਾਡੀਆਂ 3 ਪਹਿਲਾਂ 9 ਲੱਖ ਰੁਪਇਆ ਸਾਨੂੰ ਦਿੱਤਾ ਜਾਵੇ ਉਸਦਾ ਕਾਰਨ ਬਹੁਤ ਸਾਰੇ ਹਨ ਅਤੇ ਇਹ ਕਰਕੇ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਮੈਂ ਵੀ ਇੱਕ ਸੋਲਜਰ ਹਾਂ 2 ਮਹੀਨੇ ਦੀ ਛੁੱਟੀ ਆਇਆ 2 ਮਹੀਨੇ ਮੇਰੇ ਇੱਦਾਂ ਹੀ ਨਿਕਲ ਚੁੱਕੇ ਹਨ ਪੁਲਿਸ ਵੱਲ ਜਾ ਕੇ ਮਹਿਲਾ ਮੰਡਲ ਵੱਲ ਜਾ ਕੇ ਪੰਚਾਇਤਾਂ ਵੱਲ ਅਤੇ ਮੈਂ ਇਸ ਕਰਕੇ ਬਹੁਤ ਪਰੇਸ਼ਾਨ ਹਾਂ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਇਹਨਾਂ ਦੇ ਜੋ ਬਣਦੀ ਸਜ਼ਾ ਇਹਨਾਂ ਨੂੰ ਮਿਲੀ ਅਤੇ ਜੋ ਜਾਂ ਉਹ ਆਪਣੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਵੇ ਕਿਉਂਕਿ ਬੱਚੇ ਮੇਰੇ ਸਕੂਲ ਜਾਂਦੇ ਹਨ ਅਤੇ ਇਹਨਾਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ 40,000 ਰੁਪਇਆ ਮਹੀਨੇ ਦਾ ਖਰਚਾ ਬੱਚਿਆਂ ਦਾ ਅਤੇ ਬੱਚੇ ਅੱਜ ਘਰ ਬੈਠੇ ਆ ਟਿਊਸ਼ਨ ਵੀ ਨਹੀਂ ਜਾਂਦਾ ਕਿਉਂਕਿ ਉਹਦੀ ਭੈਣ ਆ ਜਿਹੜੀ ਹੈ ਇਹਦੀ ਮੇਰੀ ਲੜਕੀ ਉਹ ਉੱਥੇ ਜਾ ਕੇ ਬੈਠੀ ਹੋਈ ਹੈ ਤਾਂ ਬੱਚਾ ਇਹ ਵੀ ਦਿਲ ਨਹੀਂ ਲਾ ਰਿਹਾ ਸਿਰਫ ਉਹ ਆਪਣੀ ਭੈਣ ਤੋਂ ਬਿਨਾਂ ਮਾਂ ਉਹਨੂੰ ਵੀ ਚੰਗਾ ਨਹੀਂ ਸਮਝਦੀ ਇਸ ਕਰਕੇ ਮੇਰੀ ਕੁੜੀ ਨੂੰ ਵੀ ਜਾਨ ਜਿਹੜੀ ਹੈ ਖਤਰੇ 'ਚ ਹੈ ਪ੍ਰਸ਼ਾਸਨ ਤੋਂ ਮੈਂ ਇਹੀ ਮੰਗ ਕਰਦਾ ਉੱਥੇ ਹੀ ਜਦੋਂ ਲੜਕੀ ਕੁਲਵਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸਦਾ ਸਹੁਰਾ ਪਰਿਵਾਰ ਉਸਦੀ ਲਗਾਤਾਰ ਕੁੱਟਮਾਰ ਕਰਦਾ ਆ ਰਿਹਾ ਹੈ ਅਤੇ ਦਾਜ ਦਹੇਜ ਦੀ ਮੰਗ ਕਰ ਰਿਹਾ ਹੈ ਜਦੋਂ ਕਿ ਉਸਦੇ ਪਿਤਾ ਨੇ ਉਹਨਾਂ ਨੂੰ ਪਹਿਲਾਂ ਹੀ ਦਾਜ ਦੇ ਵਿੱਚ ਇੱਕ ਮੋਟਰਸਾਈਕਲ ਅਤੇ ਗੱਡੀ ਸਮੇਤ ਇਸਤਰੀ ਧਨ ਵਗੈਰਾ ਦਿੱਤਾ ਹੋਇਆ ਹੈ ਹੁਣ ਉਸਦਾ ਪਤੀ ਰਵਿੰਦਰ ਸਿੰਘ ਲਗਾਤਾਰ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਹੰਸਾ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਪਿੰਡ ਭਗਵਾਨਪੁਰਾ ਜੀ ਤੁਹਾਡੇ ਜਵਾਈ ਵਰਿੰਦਰ ਸਿੰਘ ਨੇ ਤੁਹਾਡੇ 'ਤੇ ਦੋਸ਼ ਲਾਏ ਆ ਵੀ ਜਿਹੜੀ ਮੇਰੀ ਘਰ ਦੀ ਆ ਜਾਣੀ ਕਿ ਤੁਹਾਡੀ ਬੇਟੀ ਤੁਸੀਂ ਉਹਨੂੰ ਉਹਦੇ ਪੇਕੇ ਪਰਿਵਾਰ ਇੱਥੇ ਲੈ ਕੇ ਆਏ ਜੀ ਉਹਨੂੰ ਤੋਰਦੇ ਨਹੀਂ ਗੇ ਸਹੁਰੇ ਕੀ ਕਾਰਨ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਜੀ ਕਾਰਨ ਸਾਹਿਬ ਦਰਦਾਂ ਕੋਈ 7 ਸਾਲ ਹੋ ਗਏ ਬੇਟੀ ਦੀ ਸ਼ਾਦੀ ਇਹਨੂੰ 7 ਸਾਲਾਂ ਦੇ ਵਿੱਚ 14 ਵਾਰੀ ਫੈਸਲੇ ਹੋ ਗਏ ਜਦੋਂ ਜਾਣਾ ਬੇਟੀ ਨੂੰ ਮਾਰ ਪਿਟਾਈ ਕਰਨਾ ਜਦੋਂ ਜਾਣਾ ਬੇਟੀ ਨੂੰ ਮਾਰ ਪਿਟਾਈ ਕਰਨਾ ਫਿਰ ਸਰਪੰਚਾਂ ਰਾਹੀਂ ਫੈਸਲੇ ਨਿਆਣ ਕਰਕੇ ਪਰੇ ਪੰਚਾਇਤ ਰਾਹੀਂ ਬੇਟੀ ਨੂੰ ਭੇਜਿਆ ਗਿਆ ਕਈ ਵਾਰ ਭੇਜਿਆ ਗਿਆ ਫਿਰ ਵੀ ਇਹ ਬੇਟੀ ਨੂੰ ਨਾਲ ਦੀਮਾਪੁਰ ਲੈ ਗਿਆ ਦੀਮਾਪੁਰ ਜਾ ਕੇ ਫਿਰ ਇਸਨੇ ਮਾਰ ਪਿਟਾਈ ਕੀਤੀ ਮੈਂ ਮੇਰੀ ਫੈਮਲੀ ਔਰ ਇਹਦਾ ਫਾਦਰ ਅਸੀਂ ਦੀਮਾਪੁਰ ਪਹੁੰਚੇ ਇਹਦੇ ਅਫਸਰਾਂ ਦੇ ਪੇਸ਼ ਹੋ ਗਏ ਉਹਨਾਂ ਨੇ ਕਿਹਾ ਕਿ ਤੁਹਾਡਾ ਜੋ ਸਿਵਲ ਦਾ ਲਫੜਾ ਵਾ ਆਪਣੇ ਸਿਵਲ ਦੇ ਵਿੱਚ ਜਾ ਕੇ ਆਪਣਾ ਸੁਝਾਓ ਕਰੋ ਇੱਥੇ ਵੀ ਅਸੀਂ ਇਸ ਆਦਮੀ ਨੂੰ ਅਸੀਂ ਕੁਆਟਰ ਅਲਾਊਟ ਨਹੀਂ ਕਰਦੇ ਹੁਣ ਦਿਨ 1 ਤਰੀਕ ਨੂੰ 1 ਸਤੰਬਰ ਨੂੰ ਇਹਨਾਂ ਨੇ ਸਾਨੂੰ ਫੋਨ ਕਰਕੇ ਘਰੇ ਸੱਦਿਆ ਔਰ ਸਾਨੂੰ ਘਰ ਸੱਦ ਕੇ ਇਹਨਾਂ ਨੇ ਸਾਡੇ ਨਾਲ ਉਹ ਦੁਰਵਿਵਹਾਰ ਕੀਤਾ ਬੂਹਾ ਬੰਦ ਕਰਕੇ ਦੋਵੇਂ ਇਹਦੀਆਂ ਭੈਣਾਂ ਇਹਦਾ ਫਾਦਰ ਇਹਦੀ ਮਦਰ ਕਿਰਪਾਨ ਇਹਨੇ ਪਾਈ ਹੋਈ ਸੀ ਪਿਸਤੌਲ ਰਿਵਾਲਵਰ ਦੇ ਕੋਲ ਸੀ ਸਾਡੇ ਨਾਲ ਉਹ ਇਹਨੇ ਦੁਰਵਿਵਹਾਰ ਕੀਤਾ ਸਾਨੂੰ ਮਾਰਪਿੱਟ ਕੀਤੀ ਔਰ ਘਰੋਂ ਆਉਣ ਤੋਂ ਵੀ ਸਾਨੂੰ ਬਾਹਰ ਨਿਕਲਣ ਤੋਂ ਮਨਾ ਦਰਵਾਜ਼ੇ ਬੰਦ ਕਰ ਦਿੱਤੇ ਲੜਦੇ ਝਗੜਦਿਆਂ ਮੇਰੀ ਫੈਮਲੀ ਦੀ ਵੀ ਸਿਰ ਤੋਂ ਚੁੰਨੀ ਖਿੱਚ ਕੇ ਨਾ ਥੱਲੇ ਲਾਹ ਦਿੱਤੀ ਆ ਮੇਰਾ ਪਰਨਾ ਸਿਰ ਤੋਂ ਲਾਹ ਕੇ ਥੱਲੇ ਲਾਹ ਤਾਂ ਮੈਨੂੰ ਕਿਹਾ ਕਿ ਹੁਣ ਜ਼ਮੀਨ ਉੱਪਰ ਜੀਵ ਲਾਏਗਾ ਅਤੇ ਤਾਂ ਤੇਰਾ ਪਰਨਾ ਦਿੱਤਾ ਜਾਊਗਾ ਤਾਂ ਮੈਂ ਇਕੱਲਾ ਆਦਮੀ ਇੱਕ ਫੈਮਲੀ ਨਾਲੋਂ ਕਰਕੇ ਸਾਰਾ ਪਰਿਵਾਰ ਤਾਂ ਮੈਨੂੰ ਜੀਵ ਵੀ ਜ਼ਮੀਨ 'ਤੇ ਲਾਉਣੀ ਪਈ ਆਪਣੀ ਜਾਨ ਬਚਾਉਣ ਦੀ ਖਾਤਰ ਫਿਰ ਘਰੋਂ ਨਿਕਲ ਤੁਰੇ ਹਾਂ ਪਿੰਡ ਸੁੱਗੇ ਤੱਕ ਨੇ ਸਾਡਾ ਪਿੱਛਾ ਕੀਤਾ ਵਾ ਉੱਥੇ ਆ ਕੇ ਫਿਰ ਮੋਟਰਸਾਈਕਲ 'ਤੇ ਸਾਡੇ ਅੱਗੇ ਆ ਕੇ ਨੇ ਮੋਟਰਸਾਈਕਲ ਰੋਕ ਕੇ ਆਪਣੇ ਕਿਰਪਾਨ 'ਚੋਂ ਮਿਆਨ ਕੱਢ ਕੇ ਕੁੜੀ ਦੇ ਬਾਂਹ ਉੱਤੇ ਫਿਰ ਮਾਰ ਦਿੱਤੀ ਆ ਫਿਰ ਇਹ ਥੋੜ੍ਹਾ ਹੀ ਹੱਥੋਂ ਬਾਈ ਹੁਣ ਤੋਂ ਬਾਅਦ ਅੱਗੇ ਲਾ ਕੇ ਦੌੜ ਗਿਆ ਲੜਕੀ ਦੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਜੀ ਉਹ 7 ਸਾਲ ਚੱਲੇ ਜੀ ਉਹਦੇ ਦਾਜ ਵਗੈਰਾ ਵਿੱਚ ਕੀ ਕੀ ਦਿੱਤਾ ਤੁਸੀਂ ਦਾਜ ਦੇ ਵਿੱਚ ਸਾਹਿਬ ਜੀ ਸਗਨ ਦੇ ਵਿੱਚ ਇੱਕ ਮੋਟਰਸਾਈਕਲ ਦਾ ਪਟੀਨਾ ਦਾਜ ਦੇ ਵਿੱਚ ਈ ਆਨ ਹੰਡੋਈ ਕੰਪਨੀ ਦੀ ਗੱਡੀ ਦਿੱਤੀ ਆ ਇਹ ਵਾਰ ਵਾਰ ਲੜਕੀ ਨੂੰ ਧਮਕਾ ਰਿਹਾ ਕਿ ਦਾਜ ਦੇ ਹੱਥ ਆਪਣੀ ਮੇਰੀ ਉਨੀ ਕਾਰ ਦਾ ਮਾਲਕ ਨਹੀਂ ਜਿੰਨਾ ਕੰਪਨੀ ਫੌਜ ਵਿੱਚ ਨੌਕਰੀ ਕਰਦਾ ਹੱਥ ਆਪਣੀ ਹੈਸੀ ਤੋਂ ਵੱਧ ਮੈਂ ਦੇਜ ਦਿੱਤਾ ਅਤੇ ਫਿਰ ਵੱਡੀ ਗੱਡੀ ਲਾਉਣ ਵਾਸਤੇ ਲੜਕੀ ਨੂੰ ਇੰਨੀ ਮਾਰ ਪਿਟਾਈ ਕਰ ਰਿਹਾ ਕਿ ਤੂੰ ਆਪਣੇ ਮਾਂ ਪਿਓ ਨੂੰ ਤੰਗ ਕਰਕੇ ਮੈਨੂੰ ਇੱਥੋਂ ਵੱਡੀ ਗੱਡੀ ਚਾਹੀਦੀ ਹੈ ਰਵਿੰਦਰ ਸਿੰਘ ਫੌਜੀ ਤੁਹਾਡੇ ਕੀ ਲੱਗਦੇ ਆ ਉਹਨਾਂ ਨੇ ਤੁਹਾਡੇ ਦੋਸ਼ ਲਗਾਏ ਤੁਸੀਂ ਪੇਕੇ ਪਿੰਡ ਰਹਿੰਦੇ ਕੀ ਕਹਿਣਾ ਚਾਹੁੰਦੇ ਇਸ ਪਿੰਡ ਉਹ ਮਾਰਕੁੱਟ ਕਰਦੇ ਇਸ ਕਰਕੇ ਮੈਂ ਆਪਣੇ ਪੇਕੇ ਘਰ ਨਹੀਂ ਕਦੋਂ ਦੇ ਤੁਸੀਂ ਆਏ ਹੋ ਇੱਥੇ 1 ਸਤੰਬਰ ਨੂੰ ਕੀ ਗੱਲ ਹੋਈ ਸੀ ਉਦੋਂ ਲੜਾਈ ਝਗੜਾ ਹੈ ਮੇਰੇ ਘਰਦਿਆਂ ਨੂੰ ਫੋਨ ਕਰਕੇ ਸੱਦਿਆ ਕਿ ਡੈਡੀ ਜੀ ਮਾੜਾ ਜਿਹਾ ਇੱਥੇ ਲਾਇਓ ਕੋਈ ਗੱਲਬਾਤ ਕਰ ਲਈ ਝਗੜੇ ਬਾਰੇ ਵੀ ਨਹੀਂ ਦੱਸਿਆ ਬਸ ਇਹਨਾਂ ਕਿਹਾ ਕਿ ਜ਼ਰੂਰੀ ਗੱਲ ਕਰਨੀ ਆ ਮੇਰੇ ਮਾਤਾ ਪਿਤਾ ਗਏ ਘਰ ਜਾਂਦੇ ਨਾ ਕੋਈ ਚਾਹ ਨਾ ਕੋਈ ਪਾਣੀ ਕੁਝ ਵੀ ਨਹੀਂ ਪੁੱਛਿਆ ਸਿਰਫ ਮਾਰਕੁੱਟ ਸਟਾਰਟ ਕਰ ਦਿੱਤੀ ਲਸੰਸੀ ਰਿਵਾਲਵਰ ਹੈ ਔਰ ਰਿਵਾਲਵਰ ਦੀਆਂ ਧਮਕੀਆਂ ਦਿੰਦੇ ਹੈ ਮਾਰਨ ਵੀ ਪਏ ਨੇ ਕੀ ਹੋਰ ਕੀ ਉਹਨਾਂ ਨੇ ਉਦੋਂ ਕੀਤਾ ਮਾਰਕੁੱਟ ਕੀਤੀ ਮੇਰੇ ਘਰਦਿਆਂ ਨੂੰ ਘਰੇ ਸੱਦ ਕੇ ਮੇਰੇ ਫਾਦਰ ਦਾ ਪਰਨਾ ਨੀਚੇ ਲਾ ਦਿੱਤਾ ਮੇਰੇ ਫਾਦਰ ਨੇ ਪਰਨਾ ਮੰਗਿਆ ਤੇ ਕਹਿੰਦੇ ਕਿ ਪਹਿਲੋਂ ਜ਼ਮੀਨ ਨੀਚੇ ਲਾ ਫਿਰ ਦੇਵਾਂਗੇ ਜੀ ਧਰਤੀ ਤੇ ਲਾ ਹਾਂਜੀ ਲਵਾਈ ਧਰਤੀ ਤੇ ਅੱਛਾ
ਹੋਰ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਬਸ ਇਹੀ ਕਿ ਰਹਿਣਾ ਵੀ ਉੱਥੇ ਆ ਮਤਲਬ ਕਿ ਧਮਕਾਂ ਵੀ ਦਿੰਦੇ ਆ ਕਿ ਜੇ ਨਾ ਆਈ ਤਾਂ ਮੈਂ ਆਪਣੀ ਬੇਟੀ ਨੂੰ ਚੁੱਕ ਲੈ ਜਾਵਾਂਗਾ ਜਾਂ ਬੇਟੀ ਨਹੀਂ ਤਾਂ ਤੇਰੇ ਬ੍ਰਦਰ ਦਾ ਮੈਂ ਛੋਟਾ ਜਿਹਾ ਬੱਚਾ ਮੈਂ ਉਹ ਚੁੱਕ ਕੇ ਲੈ ਆਵਾਂਗਾ उधर पिंड के मौजूदा सरपंच गुरपाल सिंह ने दसिया कि हुण लड़का परिवार उस कोल वार वार आ के ये कह रहा है कि उसने लड़की नूं अपने नाल लैके जाना है पर सरपंच ने खुद कहा कि इस सारे मामले विच सरासर गलती लड़के परिवार की है क्योंकि उसने अपने सस सहुरे नूं कुछ दिन पहला ही अपने कोल बुला के उन्हां दी मार कुटाई की सी अते हुण दाज की मंग कर रहा है मेरा पिंड भगवानपुरा है गुरपाल सिंह मेरा नाम है सरपंच जी की इस फौजी साहब ने दोष लाए भी लड़की मेरी जी घरवाली आ भेजते नहीं है की कहना चाहते इस देखो जी इन्हों का कोई गुनाह नहीं उन्होंने गुनाह है फौजी साहब का उन्हें इन्हों सद्या उत्थे मुड़के घर इन्हें कुटमार की इन्हों बहुत जारी की आ फिर फौजी साहब का परना लाया उन्होंने जवान चट थले फिर परना देना है उस तो बाद मुड़के आता भी मैं ही इन्हें आप अपने कुड़ी घल्या भी लै जाओ इनू हूँ उन्होंने कुरदा मारदा उतो गड्डी मंगता वीडी इन्हों तो जा ਵੀ ਪਹਿਲੋਂ ਇਹਨਾਂ ਦਾ ਆਪ ਜੀ ਅਸੀਂ ਤੋਂ ਵੱਧ ਸਮਾਨ ਦਿੱਤਾ ਹੈ ਪਹਿਲਾਂ ਵੀ ਗੱਡੀ ਦਿੱਤੀ ਇਹਨਾਂ ਨੇ ਹਾਂਜੀ ਪਹਿਲੋਂ ਇਹਨਾਂ ਗੱਡੀ ਦਿੱਤੀ ਆ ਹੁਣ ਵੱਡੀ ਗੱਡੀ ਇਹਨਾਂ ਤੋਂ ਮੰਗਦਾ ਹੈ ਅਤੇ ਕੁੱਟਿਆ ਮਾਰਿਆ ਪੂਰਾ ਕੀਤਾ ਇਹਨਾਂ ਨੂੰ ਪਰ ਹੁਣ ਧਮਕੀਆਂ ਦੇ ਰਿਹਾ ਆਂਦਾ ਵੀ ਮੈਂ ਹਨੇਰੇ ਸਵੇਰੇ ਆਣ ਕੇ ਕੁੜੀ ਨੂੰ ਮੈਂ ਲੈ ਜਾਣਾ ਹੈ ਅਤੇ ਇਹਨਾਂ ਨੂੰ ਇੱਕ ਅੱਧਾ ਜੀ ਮੈਂ ਕੁਛ ਨਾ ਕੁਛ ਕਰਕੇ ਜਾਊ ਅਤੇ ਫਿਰ ਮੈਂ ਖੜੂੰ ਹੁਣ ਇਹਨਾਂ ਕੀ ਮੰਗ ਕਰਦੇ ਸਰਕਾਰ ਤੋਂ ਜੀ ਇਹੋ ਮੰਗ ਕਰਦੇ ਹਾਂ ਵੀ ਇਹਨਾਂ ਦਾ ਜਿਹੜਾ ਸਹੀ ਆ ਇਹਨਾਂ ਨੂੰ ਸਾਫ ਮਿਲਣਾ ਚਾਹੀਦਾ ਗੱਲ ਦਾ ਅਤੇ ਇਹਨਾਂ ਦਾ ਜਿਹੜਾ ਵੀ ਹੱਕ ਜਿਹੜਾ ਉਹਦਾ ਲੜਕੀ ਦਾ ਪੂਰਾ ਹੁੰਦਾ प्राइम मुद्दे लिए तरन तारण तो गुरमीत सिंह वलडोहा की रिपोर्ट।